ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਅਜਿੱਤਗਿੱਲ, ਇਹ ਪਿੰਡ ਜੈਤੋ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹੇ ਦਾ। ਕੋਟਕਪੂਰੇ ਤੋਂ ਜੈਤੋ ਵੱਲ ਨੂੰ ਆਉਂਦੇ ਹਾਂ ਦੱਸੋ ਤਾਂ ਸੜਕ ਦੇ ਉੱਤੇ ਮੇਨ ਸੜਕ ਤੋਂ ਅੱਧਾ ਕਿਲੋਮੀਟਰ ਸਾਈਡ 'ਤੇ ਆਟਵਾਂ ਪਿੰਡ ਅਜਿੱਤਗਿੱਲ, ਨਾਲ ਹੀ ਪਿੰਡ ਇਹਦੇ ਮੱਤਾ ਰਹਿ ਜਾਂਦਾ। ਜੈਤੋ ਵੀ ਬਹੁਤਾ ਦੂਰ ਨਹੀਂ ਅਤੇ ਕੋਟਕਪੂਰਾ ਵੀ ਨੇੜ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਵੱਛੀਆਂ ਲੈ ਕੇ ਆਉਂਦਾ, ਵਪਾਰ ਦਾ ਬਾਈ ਦਾ ਕੰਮ ਹੈ। ਅੱਜ ਦੀ ਵੀਡੀਓ ਦੇ 6 ਨਾਗ, ਜਿਹਦੇ 'ਚ 3 ਐਚ ਐਫ ਪੱਖ ਦੇ ਪਸ਼ੂ ਅਤੇ 3 ਹੀ ਜਰਸੀ ਪੱਖ ਦੇ ਆ। ਸੋ 6 ਵਹਿੜਾਂ ਤੁਹਾਨੂੰ ਦਿਖਾਊਂਗਾ, ਵੀਡੀਓ ਨੂੰ ਐਂਡ ਤੱਕ ਦੇਖ ਲਿਓ। ਜਿਹੜਾ ਨਾਗ ਜਚੂਗਾ, ਭਾਵੇਂ ਘੱਟ ਕੀਮਤ ਹੈ ਭਾਵੇਂ ਜ਼ਿਆਦਾ, ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ। ਜਿਹੜੀਆਂ ਵੱਛੀਆਂ, ਇਹਨਾਂ ਦੇ ਕੱਦ ਕਾਠ ਬਾਰੇ ਜਾਣਕਾਰੀ ਲੈਣ ਵਾਸਤੇ ਸਾਹਮਣੇ ਖੁਰਲੀ ਨੂੰ ਦੇਖ ਸਕਦੇ ਹੋ, ਜਿਹੜੀ ਲਗਭਗ 2.5 ਫੁੱਟ ਦੇ ਆਸ ਪਾਸ ਦੀ ਉਚਾਈ 'ਤੇ ਹੈ, ਅਤੇ ਇਹ ਤੋਂ ਉੱਚੇ ਬੱਚੇ ਕਿੰਨੇ ਕੁ ਆ ਉਹਦਾ ਤੁਸੀਂ ਅੰਦਾਜ਼ਾ ਲਾ ਲਿਓ ਜੀ। ਆਓ ਬਾਈ ਨਾਲ ਗੱਲਬਾਤ ਕਰਦੇ ਹਾਂ। ਲਖਵੀਰ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਲਖਵੀਰ, ਅੱਜ 6 ਵੱਛੀਆਂ ਦਿਖਾ ਰਹੇ ਹਾਂ ਬਾਈ। 6 ਖੀਰੀਆਂ ਖੀਰੀਆਂ ਬਾਈ, ਗਰੰਟੀ ਹੈ। ਠੀਕ ਹੈ, ਰੇਟ ਇਕੱਲੀ ਇਕੱਲੀ ਦਾ ਦੱਸਾਂਗੇ? ਦੱਸਦਾ ਇਕੱਲੀ ਇਕੱਲੀ ਦਾ ਬਾਈ। ਪਹਿਲੇ ਨੰਬਰ 'ਤੇ ਜਿਹੜਾ ਬੱਚਾ ਬਾਈ, ਇਹਦਾ ਰੇਟ ਕੀ ਰਹੂਗਾ? ਇਹਦਾ 12,000 ਰੁਪਇਆ ਬਾਈ, ਨਾਲ ਦੇ ਪਿੰਡ ਨੂੰ ਲਿਆ ਰਮਾਣਿਆ ਤੋਂ ਆਪਾਂ। ਠੀਕ ਹੈ, ਸਿੰਘ ਇਹਦੇ ਹਜੇ ਦਾਗਣ ਵਾਲੇ? ਦਾਗਣ ਵਾਲੇ ਬਾਈ। ਠੀਕ ਹੈ, ਖੋਲੀ ਨੂੰ। ਸੋ ਦੱਸੋ, ਸਿੰਘ ਹਜੇ ਦਾਗਣ ਵਾਲੇ ਹੈ, ਨਾਲ ਦੇ ਪਿੰਡ ਤੋਂ ਬਾਈ ਕਹਿੰਦਾ ਇਹ ਬੱਚਾ ਜਿਹੜਾ ਉਹ ਖਰੀਦਿਆ। ਛੋਟੀ ਉਮਰ ਦਾ ਬੱਚਾ, 4 ਹੀ ਥਣ, ਬੜੇ ਸੋਹਣੇ ਤੁਸੀਂ ਇੱਥੋਂ ਦੇਖੋਗੇ। ਲਖਵੀਰ, ਤੂੰ ਪਰਾਂ ਨੂੰ ਮੂੰਹ ਕਰਾਇਆ ਇਹਦਾ। ਸੋ ਹੁਣ ਇਹਦੇ ਥਣ ਦੇਖ ਲਿਓ, ਦੱਸੋ ਚਾਰੇ ਥਣ ਤੁਹਾਨੂੰ ਇਕੱਲਾ ਇਕੱਲਾ ਨਜ਼ਰ ਆਊਗਾ। ਠੀਕ ਹੈ ਬਾਈ, ਲਿਆ ਵਾਪਸ। ਸੋ ਇਹ ਛੋਟੀ ਉਮਰ ਦਾ ਬੱਚਾ, ਹਜੇ ਇਹਦੇ ਸਿੰਘ ਵੀ ਦਾਗਣ ਵਾਲੇ ਆ, ਨਿੱਕੇ ਨਿੱਕੇ 1/2 ਇੰਚ ਦੇ ਜਿਹੜੇ ਉਹ ਸਿੰਘ ਹੈ, ਜਿਹੜਾ ਵੀਰ ਖਰੀਦੂਗਾ ਉਹ ਇਹਦੇ ਸਿੰਘ ਦਗਾ ਸਕਦਾ। ਬਹੁਤ ਵਧੀਆ ਬਾਈ, 12,000 ਇਹਦੀ ਡਿਮਾਂਡ ਦੱਸੋ ਬਾਈ ਨੇ ਰੱਖੀ। ਇਹ ਤੋਂ ਅੱਗੇ ਇਦੋਂ ਵੱਡੀ ਵੱਛੀ ਹੈ ਥੋੜ੍ਹੀ, ਦੰਦੋਂ ਕਨਫਰਮ ਹੈ ਬਾਈ? ਖੀਰੀ ਆਪਾਂ ਵੀਡੀਓ 'ਚ ਵਿਖਾ ਦਾਂਗੇ। ਠੀਕ ਹੈ, ਕੀ ਰੇਟ ਰਹੂਗਾ ਇਹਦਾ? 20,000 ਰੁਪਇਆ ਬਾਈ। ਠੀਕ ਹੈ, 20,000 ਰੇਟ ਹੈ। ਦੱਸੋ ਦੰਦੋਂ ਕਨਫਰਮ ਖੀਰੀ ਹੈ, ਰੰਗ ਬਰਾਊਨ ਹੈ, ਗੋਲ ਕੰਨ ਬਿਲਕੁਲ, ਦੰਦ ਵੀਡੀਓ 'ਚ ਦੇਖ ਲਓ। ਠੀਕ ਹੈ, ਸੋ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ। 20,000 ਰੁਪਇਆ ਇਹਦੀ ਡਿਮਾਂਡ ਬਾਈ ਨੇ ਰੱਖੀ ਹੈ। ਸੋ ਇਸ ਜਰਸੀ ਤੋਂ ਇਲਾਵਾ ਇੱਕ ਹੋਰ ਜਰਸੀ, ਲਖਵੀਰ ਇਹਦਾ ਰੇਟ? ਇਹਦਾ ਰੇਟ ਬਾਈ 14,000 ਰੁਪਇਆ। ਖੋਲੀ ਨੂੰ, ਇਹਦੇ ਨਿਸ਼ਾਨ ਹੈਗੇ ਮਗਰ ਦੋ। ਠੀਕ ਹੈ, ਓਕੇ, 14,000 ਰੇਟ ਆ ਦੋਸਤੋ। 4 ਥਣ ਦੁੱਧ ਵਾਲੇ, ਉਹਨਾਂ ਤੋਂ ਬਿਨਾਂ ਨਿਸ਼ਾਨ ਜਿਹੜੇ ਉਹ ਥਣਾਂ ਦੇ ਹੈਗੇ ਆ। ਖੀਰੀ ਹੈ, ਓਕੇ, ਦੰਦੋਂ ਖੀਰੀ ਹੈ, ਰੇਟ 14,000। ਜਿਹੜੇ 4 ਥਣ ਹੈ ਉਹ ਅਲੱਗ ਦਿੰਦੇ ਆ, ਜਿਹੜੇ ਸ਼ਾਖਾ ਜਾਂ ਨਿਸ਼ਾਨ ਹੈਗੇ ਆ ਦੂਜੇ ਥਣਾਂ ਦੇ, ਉਹ ਵੱਖਰੇ ਆ ਦੋਨੇ ਬੈਕ ਸਾਈਡ ਦੇ ਉੱਤੇ। ਪਾਸ ਤੁਸੀਂ ਆ ਕੇ ਕਰ ਲਿਓ, ਵੱਛੀ ਦਾ ਢਾਂਚਾ ਤੁਸੀਂ ਵੀਡੀਓ 'ਚੋਂ ਦੇਖ ਸਕਦੇ ਹੋ। 3 ਨਾਲ ਐਚ ਐਫ ਪੱਖ 'ਚ ਪੈਂਦੀਆਂ ਵੱਛੀਆਂ, ਇੱਕ ਛੋਟੀ ਵੱਛੀ। ਕੀ ਰੇਟ ਰਹੂਗਾ ਬਈ? ਅੱਜ ਜੋੜੀ ਦਾ ਮੁੱਲ ਹੈ 20,000 ਦੋਵਾਂ ਦਾ। ਤੋਰ ਦੇ ਇੱਕ ਕਰਕੇ 20,000 ਦੱਸੋ ਇਸ ਜੋੜੀ ਦਾ ਰੇਟ ਹੈ। ਲਿਆ ਬਾਕੀ ਪਸ਼ੂ ਨੂੰ ਆ ਕੇ ਦੇਖਣਾ ਤੁਹਾਡਾ ਹੱਕ ਆ। ਦੰਦੋਂ ਇਹ ਖੀਰੀ ਹੈ ਬੱਚੀ, ਦੰਦ ਤੁਹਾਨੂੰ ਵੀਡੀਓ 'ਚ ਦਿਖਾ ਵੀ ਦਿੰਦੇ। ਠੀਕ ਹੈ,
ਲਿਆ। ਸੋ ਇਹਦਾ ਜੋੜੀ ਦਾ ਰੇਟ 20,000 ਆ, ਮਾਨ ਤੁਹਾਨੂੰ ਹੋਊਗਾ ਵਿੱਚੋਂ, ਬਾਕੀ ਗੱਲਬਾਤ ਕਰ ਲਿਓ। ਇੱਕ ਤੁਹਾਨੂੰ HF ਵਾਈਟ ਰੰਗ ਦੀ ਵੱਛੀ ਦਿਖਾਉਣੀ ਹੈ, ਲਖਵੀਰ ਜਿਹੜੀ ਚਿੱਟੇ ਰੰਗ ਦੀ ਵੱਛੀ ਹੈ, ਇਹ ਦੰਦੋ ਕਿਵੇਂ? ਖੀਰੀ ਹੈ ਬਾਈ, ਵਿਖਾ ਦਾਂਗੇ। ਠੀਕ ਹੈ, ਇਹਦਾ ਰੇਟ ਕੀ ਰਹੂਗਾ? ਇਹਦਾ 22,000 ਰੁਪਈਆ ਬਾਈ। ਠੀਕ ਹੈ, ਇਹਦੇ ਨਿਸ਼ਾਨ ਹੈਗਾ ਬਾਈ ਮਾੜਾ ਜਿਹਾ। ਓਕੇ, ਸੋ 22,000 ਰੇਟ ਆ। ਦੱਸੋ ਇਹਦੇ ਇੱਕ ਜਿਹੜੀ ਵੱਖਰੀ ਸ਼ਾਖ ਦਿਸਦੀ ਹੈ ਥਣਾਂ ਤੋਂ ਇਲਾਵਾ, ਹੈ ਛੋਟੀ ਪਤਲੀ ਪਰ ਨਾਲ ਜ਼ਰੂਰ ਹੈ। ਸੋ ਢਾਂਚਾ ਤੁਸੀਂ ਦੇਖ ਲਓ, ਇਹਦਾ ਫੇਸ ਆ ਦੱਸੋ, ਬਲੈਕ ਰੰਗ ਦੇ ਇਹਦੇ ਕੰਨ, ਬਾਕੀ ਸਾਰੀ ਵਾਈਟ, ਜ਼ਿਆਦਾਤਰ ਵਾਈਟ ਵੱਛੀ ਹੈ ਹੁਣ ਤਾਂ ਬਾਈ, ਫੀਡ 'ਤੇ ਹੀ ਪਲੀ ਹੈ ਇਹ। ਠੀਕ ਹੈ, ਇਹਦਾ ਰੇਟ ਕਿੰਨਾ ਬੋਲਿਆ ਸੀ? 22,000 ਰੁਪਈਆ ਬਾਈ। 22,000 ਦੱਸੋ ਇਹਦੀ ਕੀਮਤ ਬਾਈ ਨੇ ਜਿਹੜੀ ਉਹ ਡਿਮਾਂਡ ਉਹ ਰੱਖੀ ਹੈ। ਆ ਬਾਈ ਮਾੜਾ ਨਿਸ਼ਾਨ ਹੈਗਾ ਇਹ। ਠੀਕ ਹੈ, ਚਿੱਚੜਾਂ ਤੋਂ ਦਵਾਈ ਲਾਤੀ? ਇਹਦੇ ਟੀਕਾ ਲੱਗਾ ਹਾਈਟੈਕ ਬਾਈ। ਓਕੇ, ਸੋ ਚਿੱਚੜ ਸੀਗੇ ਦੱਸੋ, ਹਾਈਟੈਕ ਲੱਗਾ ਹੋਇਆ, ਨਾਲ ਇੱਕ ਸ਼ਾਖ ਹੈਗੀ ਉਹ ਤੁਸੀਂ ਦੇਖ ਲਈ ਹੈ ਵੀਡੀਓ 'ਚੋਂ, ਬਾਕੀ ਆ ਕੇ ਪਾਸ ਕਰਿਓ। ਸੋ ਇਹ 6 ਨਾਗ ਦੱਸੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ, ਤੁਸੀਂ ਆ ਕੇ ਦੇਖਿਓ, ਜਿਹੜਾ ਪਸ਼ੂ ਜਚੇ ਉਹ ਤਸੱਲੀ ਕਰਕੇ ਖਰੀਦੋ। ਧੰਨਵਾਦ।